ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ? ਉਮੀਦ ਕਰਦੇ ਹੋ ਸਭ ਠੀਕ ਠਾਕ ਹੋਵੋਗੇ। ਅੱਜ ਦਾ ਬਲੌਗ ਬਹੁਤ ਖਾਸ ਬਣਨ ਵਾਲਾ ਤੇ ਜ਼ਰੂਰ ਐਂਡ ਤੱਕ ਜ਼ਰੂਰ ਦੇਖਿਓ ਸਾਰਾ ਬਲੌਗ। ਵਿੱਚ ਸਕ੍ਰਿਪਣਾ ਕਰਿਓ ਤੇ ਹੱਥ ਬੰਨ ਕੇ ਬੇਨਤੀ ਆ ਮੇਰੇ ਨਾਲ, ਮੇਰੇ ਪਿੰਡ ਦਾ ਮੁੰਡਾ ਸੋਨੂੰ ਬੜੀ ਗੀਤ ਲਿਖਦਾ ਵੀ ਆ ਤੇ ਗੀਤ ਗਾਉਂਦਾ ਵੀ ਆ ਤੇ ਕਮੇਡੀ ਫਿਲਮਾਂ 'ਚ ਵੀ ਆਉਂਦਾ ਤੇ ਕਰਦੇ ਹਾਂ ਸੋਨੂੰ ਨਾਲ ਗੱਲਬਾਤ। ਹੋਰ ਸੋਨੂੰ ਕਿਵੇਂ ਆ? ਠੀਕ ਠਾਕ? ਵਧੀਆ ਵਧੀਆ। ਸਤਿ ਸ਼੍ਰੀ ਅਕਾਲ ਪਹਿਲਾਂ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ। ਬਲੌਗ ਦੇਖਦੇ ਹੋ ਹਨਾ, ਇੰਨਾ ਪਿਆਰ ਕਰਦੇ ਹੋ ਤੇ ਬਾਕੀ ਬਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਕਿਉਂਕਿ ਗੱਲ ਇਹ ਹੁੰਦੀ ਆ ਬਲੌਗ ਨੂੰ ਦੇਖੋਗੇ ਜ਼ਰੂਰ ਕੋਈ ਨਾ ਕੋਈ ਤੁਹਾਨੂੰ ਗੱਲ ਪਤਾ ਲੱਗਦਾ। ਬਾਕੀ ਐਂਟਰਟੇਨਮੈਂਟ ਕਰਦੇ ਹਾਂ ਹਨਾ, ਤੁਹਾਡਾ ਵਧੀਆ ਮਨੋਰੰਜਨ ਲਈ ਕਰਦੇ ਹਾਂ ਹਨਾ। ਤੇ ਬਹੁਤ ਹੋਰ ਨਵੀਂ ਤਾਜ਼ੀ ਆਪਾਂ ਤੁਹਾਨੂੰ ਗੱਲਾਂ ਬਾਤਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਤੇ ਆਪਾਂ ਹੋਰ ਤੁਸੀਂ ਦੱਸੋ ਕਿਵੇਂ ਠੀਕ ਠਾਕ? ਵਧੀਆ ਸੁਣੋ, ਠੀਕ ਠਾਕ। ਤੇ ਕਿਵੇਂ ਗਾਣੇ ਗੁਣੇ ਲਿਖੇ ਨਵੇਂ? ਹਾਂਜੀ ਗਾਣੇ ਵਧੀਆ ਲਿਖਦੇ ਰਹਿੰਦੇ ਆ ਤੇ ਕਿਉਂਕਿ ਲਿਖਣ ਦਾ ਤਾਂ ਆਪਾਂ ਨੂੰ ਸ਼ੌਂਕ ਹੀ ਪਹਿਲਾਂ ਤੋਂ ਆ। ਠੀਕ ਹੈ, ਉਹ ਤਾਂ ਹਾਂ। ਹੈ ਤੇ ਕੋਈ ਰਿਕਾਰਡਿੰਗ ਕਰਾਉਣ ਦੀ? ਰਿਕਾਰਡਿੰਗ ਦੀ ਇਦਾਂ ਗਈ ਆਪਣਾ ਹੁਣ ਤਿਆਰੀ ਚੱਲਦੀ ਆ ਗਾਣਿਆਂ ਦੀ, ਮੈਂ ਗਲੇ ਦੀ ਵੀ ਤਿਆਰੀ ਕਰ ਰਿਹਾ ਤੇ ਉਹਦੇ ਨਾਲ ਫਿਰ ਆਪਾਂ ਹੁਣ ਵਧੀਆ ਤਰੀਕੇ ਨਾਲ ਹੀ ਆਪਾਂ ਮਾਰਕੀਟ 'ਚ ਆਵਾਂਗੇ। ਠੀਕ, ਇੱਕ ਪਹਿਲਾਂ ਰਿਕਾਰਡ ਹੋਇਆ ਗਾਣਾ? ਹਾਂ ਆਪਣਾ ਪਹਿਲਾਂ ਗਾਣਾ ਆਇਆ ਸੀ ਕਿਸਾਨੀ ਦੇ, ਗਾਣਾ ਆਇਆ ਸੀਗਾ ਵਧੀਆ, ਬਹੁਤ ਪਿਆਰ ਮਿਲਿਆ। ਠੀਕ ਹੈ, ਤੇ ਹੁਣ ਵੀ ਲੋਕ ਸ਼ੇਅਰ ਕਰਦੇ ਆ, ਗੱਲਾਂ ਕਰਦੇ, ਬਹੁਤ ਵਧੀਆ ਲੱਗਿਆ। ਅੱਜ ਕੱਲ ਫਿਰ ਕੀ ਚੱਲਦਾ ਗਾ? ਅੱਜ ਕੱਲ ਆਪਣਾ ਬਾਈ ਹੋਰਾਂ ਨਾਲ, ਭਾਨੇ ਪਕੌੜੇ ਹੋਰਾਂ ਨਾਲ ਕੰਮ ਕਰਦੇ ਆ, ਉਹਨਾਂ ਨਾਲ ਤੇ ਟੀਮ ਦੇ ਮੈਂਬਰ ਆ ਤੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹਨਾ, ਖੁਸ਼ ਨਸੀਬ ਆ ਮੈਂ ਤੇ ਵਧੀਆ। ਧਰਨਾਟ ਵੀਰੇ ਹੁਣੀ, ਸਾਰੇ ਬਬਲੀ ਵੀਰੇ ਹੁਣੀ, ਉਹਨਾਂ ਨਾਲ ਕਮੇਡੀ ਮੂਵੀਆਂ 'ਚ ਕੰਮ ਕਰ ਰਹੇ ਆ ਤੇ ਕੰਮ ਕਰਦੇ ਰਹਾਂਗੇ। ਬਾਕੀ ਤੁਸੀਂ ਪਿਆਰ ਕਰਦੇ ਰਹੋ, ਬਲੌਗ ਦੇਖਦੇ ਰਿਹਾ ਕਰੋ। ਮੇਰਾ ਵੀ ਚੈਨਲ ਹੈਗਾ ਯੂਟਿਊਬ ਤੇ ਸੋਨੂੰ ਬੜੀ, ਤੇ ਬਾਕੀ ਇਹਨਾਂ ਦੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਤੇ ਸ਼ੇਅਰ ਕਰਦੇ ਰਿਹਾ ਕਰੋ। ਤੇ ਹੁਣ ਭਾਨਾ ਭਗੌੜਾ ਅੱਜ ਕੱਲ ਕਿੱਥੇ ਨੇਗੇ? ਭਾਨਾ ਭਗੌੜਾ ਜੀ ਤੇ ਉਹ ਹੈਗੇ ਨੇ ਕੈਨੇਡਾ, ਟੋਰਾਂਟੋ ਆਪਣੇ। ਹਾਂ ਉਹਨਾਂ ਦਾ ਟੋਰਾਂਟੋ ਸ਼ੋਅ ਸੀਗਾ ਉਹਦੇ ਲਈ। ਮੈਂ ਦੇਖੀ ਸੀ ਉਹਨਾਂ ਦੀ ਫਲੈਟ ਜਾਂਦਿਆਂ ਦੀ, ਉਹਨਾਂ ਨੇ ਬਲੌਗ ਬਣਾ ਕੇ ਪਾਇਆ ਸੀਗਾ, ਉਹਦੇ ਵਿੱਚ ਭਾਨਾ ਭਗੌੜਾ ਤੇ ਦਵਿੰਦਰ ਧਾਲੀਵਾਲ ਤੇ ਇੱਕ ਮੁੰਡਾ ਹੋਰ ਆਪਣੇ ਬਾਈ ਹੋਰੀ ਹੋਰ ਨੇ, ਉਹ ਕਰਾਉਂਦੇ ਆਗੇ। ਬਾਕੀ ਸਾਰੇ ਆਲਮੋਸਟ ਵਧੀਆ ਸਿੰਗਰ ਗਏ ਨੇ, ਕਮੇਡੀਅਨ ਗਏ ਨੇ ਤੇ ਵਧੀਆ, ਮਤਲਬ ਕਿ ਇੱਕ ਲਾਈਵ ਸ਼ੋਅ ਆ। ਠੀਕ ਆ, ਹਾਂ ਵਧੀਆ ਹਨਾ। ਚਲੋ ਕੋਈ ਗੱਲ ਨੀ, ਅੱਗੇ ਵਾਸਤੇ ਪਰਮਾਤਮਾ ਜਿੰਦਗੀ ਚ ਦੁੱਖ ਕੱਟੇ ਨੇ, ਪਰਮਾਤਮਾ ਤਰੱਕੀਆਂ ਬਖਸ਼ੇ ਹਨਾ। ਆਪਾਂ ਤੇਰੇ ਨਾਲ ਆਂਗੇ ਸਾਰੀ ਹਰੇਕ ਗੱਲ ਤੇ, ਜਦੋਂ ਮਰਜੀ ਕਰੀ ਕੋਈ ਗੱਲ ਤੇਰੇ ਨਾਲ ਖੜਾਂਗੇ। ਹੋਰ ਸੁਣਾ ਕੋਈ ਗੱਲਬਾਤ? ਹੋਰ ਵਧੀਆ ਠੀਕ ਹੈ। ਬਾਕੀ ਅੱਜ ਤੁਸੀਂ ਵਧੀਆ ਹਨਾ ਬੱਲਾ ਗੱਲਾਂ ਬਾਤਾਂ ਕਰਦੇ ਆ, ਮੈਨੂੰ ਬੁਲਾਇਆ ਹਨਾ, ਤੁਹਾਡਾ ਧੰਨਵਾਦ। ਨਹੀਂ ਨਹੀਂ ਪਰਿਵਾਰ ਆ ਹਨਾ। ਤੇ ਹੋਰ ਸੁਣਾ ਕੋਈ ਨਵਾਂ ਗਾਣਾ ਲਿਖਿਆ? ਹਾਂ ਗਾਣੇ ਆਪਾਂ ਲਿਖਦੇ ਰਹਿੰਦੇ ਆ, ਗਾਣਾ ਤੁਹਾਨੂੰ ਸੁਣਾਉਣੇ ਆ ਤੇ ਗਾਣੇ ਆਪਾਂ ਤੁਹਾਨੂੰ ਸੁਣਾਵਾਂਗੇ ਹਨਾ। ਤੁਸੀਂ ਦੱਸਣਾ ਵੀ ਕਿਹੜਾ ਗਾਣਾ ਰਿਕਾਰਡ ਕਰਾਈਏ, ਕਿਹੜਾ ਗਾਣਾ ਤੁਹਾਨੂੰ ਵਧੀਆ ਲੱਗਿਆ ਹਨਾ ਸਬਸਕ੍ਰਾਈਬਰਾਂ ਨੂੰ। ਹਾਂ ਠੀਕ ਹੈ, ਜਰੂਰ ਦੱਸਿਓ ਭਰਾ ਹਾਂ ਵੀ ਕਿਵੇਂ ਲੱਗਿਆ ਸਾਡੇ ਬੱਚੇ ਦਾ ਗਾਣਾ ਤੇ ਕਿਵੇਂ ਕੀ ਗੱਲਬਾਤ ਆ। ਸਾਡੀ ਪਹਿਲੀ ਅੱਜ ਦੋਨਾਂ ਦੀ, ਅਸੀਂ ਪਹਿਲੀ ਬੈਠ ਕੇ ਖੇਤ ਗੱਲਾਂ ਬਾਤਾਂ ਕਰ ਰਹੇ ਆ। ਇਹ ਕੋਈ ਸਾਡਾ ਬਲੌਗ ਨਹੀਂ ਆਇਆ ਸਮਝ ਲਓ, ਵੈਸੇ ਗੱਲਾਂ ਬਾਤਾਂ ਕਰ ਰਹੇ ਆ। ਹਾਂ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਕਿਉਂਕਿ ਪਤਾ ਲੱਗੇ ਨਾ ਤੁਹਾਨੂੰ ਵੀ ਕਿੱਦਾਂ ਕੀ ਆ। ਚਲੋ ਹਨਾ, ਅਸੀਂ ਵੀ, ਮੈਂ ਵੀ ਚੈਨਲ ਨਵਾਂ ਬਣਾਇਆ, ਮੈਨੂੰ ਵੀ ਨਵਾਂ ਹੀ ਆ ਸਾਨੂੰ। ਹਾਂ ਕਈ ਵਾਰੀ ਉੱਕ ਜਾਂਦੇ ਆ, ਕਈ ਵਾਰੀ ਗੱਲ ਦਾ ਨਹੀਂ ਪਤਾ ਲੱਗਦਾ, ਤੇ ਉਹਦੇ ਲਈ ਮਾਫੀ ਚਾਹੁੰਦੇ ਆ। ਹਾਂ ਹੋਰ ਸਾਨੂੰ ਸੁਣਾ ਫਿਰ ਕੋਈ ਕੋਈ ਗਾਣਾ। ਗਾਣਾ ਸੁਣਾਉਣੇ ਆਪਾਂ ਇੱਕ ਆਪਣੇ ਨਾ ਖੇਡਾਂ ਤੇ, ਮੈਂ ਖੇਡਾਂ ਤੇ ਵੀ ਗਾਇਆ ਸੀ, ਆਪਣੇ ਖੇਡਾਂ ਸੀ ਨਾ ਬੜੀ, ਟੂਰਨਾਮੈਂਟ ਦੇ, ਕ੍ਰਿਕਟ ਦੇ ਇੱਕ, ਹਾਂ ਟੂਰਨਾਮੈਂਟ ਤੇ, ਕਬੱਡੀ ਟੂਰਨਾਮੈਂਟ ਦੇ ਗਾਣਾ ਸੁਣਾਇਆ ਸੀ, ਉਹ ਸੁਣਾਉਣੇ ਤੁਹਾਨੂੰ। ਉਹ ਲਾਇਆ ਨੀ ਹਿਸਾਬ ਕਦੇ ਲਾਭ ਹਾਨੀ ਦਾ, ਉਹ ਅੱਖਰਾ ਸਰੂਰ ਚੜੀ ਹੋਈ ਜਵਾਨੀ ਦਾ, ਉਹ ਦਿਲ ਦੇ ਨਾ ਮਾੜੇ ਸੰਗਰੂਰੀ ਐ ਖਰੇ, ਨੀ ਵੇਖਣ ਇਹਨੂੰ ਬੈਲੀ ਹੁਣ ਜਸਾਉ ਵੀ ਵੜੇ, ਉਹ ਪੈਰਾਂ ਵਿੱਚ ਰੋਲਦੇ ਆ ਅੱਜ ਕੱਲ ਮੇਰੇ ਜਿਹੜੇ ਫਿਰਦੇ ਸੀ ਵਾਲੇ, ਮੈਂ ਕਿਹਾ ਚਾਂਬਲੇ ਕੁੜੇ, ਉਹ ਗੱਭਰੂ ਚ ਫੀਚਰ ਨੇ ਤਕੜੇ ਕੁੜੇ ਨੀ, ਜਿਹੜਾ 3-5 ਕਰੇ ਧਰਾਂ ਰੱਖੜੇ ਕੁੜੇ, ਉਹ ਗੱਭਰੂ ਚ ਫੀਚਰ ਨੇ ਤਕੜੇ ਕੁੜੇ ਨੀ, ਜਿਹੜਾ 3-5 ਕਰੇ ਧਰਾਂ ਰੱਖੜੇ ਕੁੜੇ,
ਉਹ ਖੱਬੇ ਹੱਥ ਨਾਲ ਕੜਾ ਤਾਨੂੰ ਕਰੀਦਾ ਉਹ ਬੇਲੇ ਟਾਈਮ ਬਹਿ ਕੇ ਲੈ ਤੇਰੇ ਚਰ ਪੜੀਦਾ ਉਹ ਸੜਦੇ ਸੀ ਚੁੱਲੇ ਹੱਥ ਲੋ ਕੇ ਅੱਜ ਸੜਦੇ ਨੀ ਬਾਪੂ ਸਾਡਾ ਕਹਿਟ ਕਹਿੰਦਾ ਫਿਕਰ ਕਰੀਨਾ ਉਹ ਮੁੱਖ ਤੇ ਜ਼ਮਾਇਲ ਕਰੇ ਬੈਪਣ ਦਾ ਕੰਮ ਤਾਈਓ ਕਿਤੇ ਕਿਤੇ ਰੱਬ ਨਾਲ ਰੱਖਦੇ ਕੁੜੇ ਉਹ ਗੱਭਰੂ ਚ ਫੀਚਰ ਨੇ ਤਕੜੇ ਕੁੜੇ ਨੀ ਜਿਹੜਾ ਤਿੰਨ ਪੰਜ ਕਰੇ ਤਰ੍ਹਾਂ ਰੱਖਦੇ ਕੁੜੇ ਉਹ ਗੱਭਰੂ ਚ ਫੀਚਰ ਨੇ ਤਕੜੇ ਕੁੜੇ ਨੀ ਜਿਹੜਾ ਤਿੰਨ ਪੰਜ ਕਰੇ ਤਰ੍ਹਾਂ ਰੱਖਦੇ ਕੁੜੇ ਮੈਂ ਨਾ ਬਾਈ ਹੁਣਾਂ ਨੂੰ ਵੀ ਗਾਣੇ ਸੁਣਾਉਣਾ ਰਹਿਣਾ ਹੈਗਾ ਤੇ ਉਹ ਕਹਿੰਦੇ ਵੀ ਤੂੰ ਕੋਈ ਨਾ ਲੱਗਿਆ ਰਹਿ ਮਿਹਨਤ ਕਰਦਾ ਰਹਿ ਵੀ ਤੇਰੇ ਨਾਲ ਆ ਵੀ ਐਂ ਨਾ ਸਮਝੀ ਵੀ ਕਿਤੇ ਹਨਾ ਵੀ ਤੇਰਾ ਕੋਈ ਹੈ ਨੀ ਜਾਂ ਕੋਈ ਸਪੋਰਟ ਨੀ ਕਰ ਰਿਹਾ ਹਨਾ ਵੀ ਤੇਰੇ ਨਾਲ ਆ ਕੋਈ ਨਾ ਕੋਈ ਤੇਰਾ ਕਰਾਂਗੇ ਲੱਗਿਆ ਰਹਿ ਨਹੀਂ ਕੋਈ ਹਾਂ ਕਿਤੇ ਨਾ ਕਿਤੇ ਕਹਿੰਦੇ ਬਾਹ ਫੜਾਂਗੇ ਪਿੰਡ ਵੱਲੋਂ ਵੀ ਪੰਚਾਇਤ ਵੱਲੋਂ ਵੀ ਸਾਰੇ ਨਗਰ ਵਾਸ ਵੱਲੋਂ ਵੀ ਤੇਰੇ ਨਾਲ ਆ ਗਾਣਾ ਰਿਕਾਰਡ ਕਰਾ ਠੀਕ ਆ ਜਿਵੇਂ ਵੀ ਤੈਨੂੰ ਹੈਲਪ ਦੀ ਕਿਸੇ ਵੀ ਪ੍ਰਕਾਰ ਦੀ ਕਿੱਥੇ ਜਾਣਾ ਕੋਈ ਕਿਵੇਂ ਵੀ ਕਰਨਾ ਅਸੀਂ ਤੇਰੇ ਨਾਲ ਆਂਗੇ ਕੋਈ ਉਹ ਨਹੀਂ ਹੈਗਾ ਤੇ ਹੋਰ ਸੁਣਾ ਕੋਈ ਨਵਾਂ ਤਾਜ਼ਾ ਗਾਣਾ ਬਣਿਆ ਇੱਕ ਗਾਣਾ ਆਪਣਾ ਹੋਰ ਸੀਗਾ ਉਹ ਥੋੜੇ ਕਿ ਦਿਨ ਪਹਿਲਾਂ ਲਿਖਿਆ ਦੋ ਤਿੰਨ ਦਿਨ ਹੋ ਗਏ ਠੀਕ ਆ ਹੋ ਗੀਤ ਹੀ ਪੱਲੇ ਰਹਿ ਜਾਣੇ ਤੂੰ ਕੀ ਲਾਈਫ ਚ ਕਰਨਾ ਵੇ ਉਹ ਨਾਲ ਤੇਰੇ ਨੀ ਫਿਊਚਰ ਮੇਰਾ ਉਹ ਦੱਸ ਵਿਆਹ ਕਿੱਥੋਂ ਆਪਾਂ ਕਰ ਲਾਂਗੇ ਇਹ ਨਾ ਮੇਰੇ ਵਰਗੀ ਦੀ ਸਟੋਰੀ ਹੈ ਇੱਕ ਤੇ ਕੁੜੀ ਕਹਿੰਦੀ ਆ ਵੀ ਯਾਰ ਤੇਰੇ ਨਾ ਲਿਖਣਾ ਹੀ ਗਾਉਣਾ ਇਹ ਪੱਲੇ ਰਹਿ ਜਾਣਾ ਹਨਾ ਵੀ ਕੀ ਕਰੇਗਾ ਵੀ ਤੇਰੇ ਨਾਲ ਮੇਰੀ ਮਤਲਬ ਕਿ ਗੱਲਬਾਤ ਨਹੀਂ ਨਿਭਣੀ ਉਹ ਚੀਜ਼ ਆ ਇਹ ਉਹ ਸਟੋਰੀ ਦੱਸ ਰਿਹਾ ਮਤਲਬ ਕਿ ਮੇਰੇ ਵਰਗਾ ਜੋ ਵੀ ਰਾਈਟਰ ਆ ਨਾ ਕਹਿੰਦਾ ਉਹ ਗੀਤ ਹੀ ਪੱਲੇ ਰਹਿ ਜਾਣੇ ਤੂੰ ਕੀ ਲਾਈਫ ਚ ਕਰਨਾ ਵੇ ਉਹ ਨਾਲ ਤੇਰੇ ਨੀ ਫਿਊਚਰ ਮੇਰਾ ਉਹ ਦੱਸ ਵਿਆਹ ਕਿੱਥੋਂ ਆਪਾਂ ਕਰ ਲਾਂਗੇ ਦੱਸ ਵਿਆਹ ਕਿਵੇਂ ਕਰ ਲਾਂਗੇ ਉਹ ਕਹੇਗੀ ਸਾਦਗੀ ਚ ਤੂੰ ਤਾਂ ਹੁਣ ਭੁੱਲ ਮੈਨੂੰ ਜਾਈ ਕੀ ਦੱਸਾਂ ਤੂੰ ਤਾਂ ਯਾਦ ਬਣੂਗੀ ਉਹ ਪਹਿਲਾਂ ਹੁਸਨ ਤੇਰੇ ਨੇ ਕੀਤੀ ਸੀ ਕਮਾਲ ਹੁਣ ਤੂੰ ਵੀ ਤਾਂ ਕਮਾਲ ਕਰੂਗੀ ਉਹ ਪਹਿਲਾਂ ਹੁਸਨ ਤੇਰੇ ਨੇ ਕੀਤੀ ਸੀ ਕਮਾਲ ਹੁਣ ਤੂੰ ਵੀ ਤਾਂ ਕਮਾਲ ਕਰੂਗੀ ਕਹਿੰਦਾ ਵੀ ਜਦੋਂ ਲੱਗੀ ਸੀ ਕਹਿੰਦਾ ਉਦੋਂ ਤਾਂ ਕਹਿੰਦਾ ਸਿਰਾ ਸੀਗਾ ਕਹਿੰਦਾ ਹਨਾ ਕਹਿੰਦਾ ਵੱਖਰੀ ਗੱਲ ਗੱਲਬਾਤ ਸੀ ਉਦਾਂ ਕਹਿੰਦਾ ਹੁਣ ਜਾਂਦੀ ਜਾਂਦੀ ਵੀ ਕਮਾਲ ਕਰ ਗਈ ਆਹ ਚੀਜ਼ਾਂ ਨੇ ਬਾਕੀ ਆਪਾਂ ਹੋਰ ਵੀ ਵਧੀਆ ਪਰਿਵਾਰਕ ਗਾਣੇ ਵੀ ਸੁਣਾਵਾਂਗੇ ਹਨਾ ਲੱਗੀਆਂ ਨੇ ਕਿ ਵੈਸੀ ਲਿਖਦਾਗਾ ਨਹੀਂ ਨਹੀਂ ਲੱਗੀਆਂ ਤਾਂ ਨਹੀਂ ਹੈਗੀਆਂ ਤੇ ਇਹ ਨਾ ਕਈ ਵਾਰੀ ਨਾ ਇੱਕ ਏਦਾਂ ਦੀ ਵਾਈਬ ਬਣ ਜਾਂਦੀ ਆਪਾਂ ਨੂੰ ਹਨਾ ਠੀਕ ਆ ਤੇ ਆਪਾਂ ਕਿਸੇ ਪਾਸੇ ਜਾਂਦੇ ਆ ਜਾਂ ਮੋਟਰਸਾਈਕਲ ਤੇ ਜਾਂਦੇ ਆ ਕਿਸੇ ਪਾਸੇ ਨਗਦੇ ਤੁਰਦੇ ਫਿਰਦੇ ਆ ਹਾਂ ਵੀ ਉਹ ਹਾਂ ਦਿਮਾਗ ਚ ਮਨ ਚ ਹੀ ਕੋਈ ਖਿਆਲ ਹੀ ਏਦਾਂ ਦਾ ਆ ਜਾਂਦਾ ਠੀਕ ਆ ਹਾਂ ਇਹ ਕੋਈ ਜ਼ਰੂਰ ਸਾਰਿਆਂ ਨੂੰ ਭਰਾਵਾਂ ਨੂੰ ਬੇਨਤੀ ਆ ਕਿ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਦੀ ਵੀਡੀਓ ਸਾਡੀ ਬਹੁਤ ਲੰਬੀ ਚਲੀਗੀ ਹਾਂ ਉਹਦੇ ਕਰਕੇ ਅਸੀਂ ਨਾ ਇਹਨੂੰ ਦੋ ਭਾਗਾਂ ਚ ਪਾਵਾਂਗੇ ਤੇ ਇੱਕ ਅੱਜ ਪਾ ਰਹੇ ਹਾਂ ਤੇ ਇੱਕ ਤੁਹਾਨੂੰ ਅਸੀਂ ਕੱਲ ਸਵੇਰ ਜਾਂ ਪਰਸੋਂ ਨੂੰ ਪਾ ਲਾਂਗੇ ਹਾਂ ਪਾਵਾਂਗੇ ਠੀਕ ਆ ਸ਼ੇਅਰ ਸਬਸਕ੍ਰਾਈਬਰ ਲਾਈਕ ਕਮੈਂਟ ਜ਼ਰੂਰ ਕਰਨਾ ਕਿਹੀ ਜੀ ਲੱਗੀ ਸਾਡੀ ਵੀਡੀਓ ਠੀਕ ਹੈ ਜੀ ਧੰਨਵਾਦ ਓਕੇ।